ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ, ਹਾਜ਼ਰਾਂ ਸੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗੱਲ ਸੰਯੋਗਾਂ ਦੀ ਦਾ ਭਾਗ 12 ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਕਾਲੇ ਨੇ ਫੋਨ ਕੱਟ ਕੇ ਫਿਰ ਦੂਜੀ ਵਾਰ ਲਗਾਇਆ ਤਾਂ ਹਲੇਨ ਨੇ ਫੋਨ ਚੁੱਕਿਆ ਪਰ ਅੱਗਿਓਂ ਕੋਈ ਜਵਾਬ ਨਾ ਦਿੱਤਾ। ਕਾਲਾ ਹੈਲੋ ਹੈਲੋ ਕਰੀ ਜਾਵੇ, ਫਿਰ ਜਦ ਕੋਈ ਨਾ ਬੋਲਿਆ ਤਾਂ ਉਹ ਫੋਨ ਰੱਖਣ ਹੀ ਲੱਗਾ ਸੀ ਤਾਂ ਹਰਲੀਨ ਬੋਲੀ, ਹਾਂਜੀ ਕਿਵੇਂ ਹੋ? ਕਾਲਾ, ਮੈਂ ਤਾਂ ਠੀਕ ਹਾਂ, ਤੁਸੀਂ ਦੱਸੋ, ਬੜੇ ਢਿੱਲੇ ਜਿਹੇ ਬੋਲ ਰਹੀ ਹੋ, ਸਿਹਤ ਤਾਂ ਠੀਕ ਹੈ ਨਾ? ਹਰਲੀਨ ਗੁੱਸੇ ਨਾਲ, ਨਾ ਤੁਸੀਂ ਕੀ ਲੈਣਾ ਦੇਣਾ ਮੇਰੀ ਸਿਹਤ ਤੋਂ, ਤੁਹਾਨੂੰ ਤਾਂ ਮੇਰੀ ਕੋਈ ਫਿਕਰ ਹੀ ਨਹੀਂ ਹੈ। ਕਾਲਾ, ਲੈ ਯਾਰ ਇੱਦਾਂ ਕਿਉਂ ਕਹਿ ਰਹੇ ਹੋ, ਤੁਹਾਡੀ ਨਹੀਂ ਫਿਕਰ ਹੋ ਮੈਨੂੰ ਤਾਂ ਫਿਰ ਹੋਰ ਕਿਸੇ ਹੋ, ਹੁਣ ਤੁਸੀਂ ਦੱਸੋ ਮੈਂ ਕੀ ਕਰਤਾ? ਹਰਲੀਨ, ਅੱਛਾ ਜੀ, ਨਾ ਮੈਂ ਪਾਗਲ ਸੀ ਜੋ ਰਾਤੀ ਵਾਰ ਵਾਰ ਫੋਨ ਕਰਦੀ ਰਹੀ, ਅਤੇ ਜਨਾਬ ਨੂੰ ਤਾਂ ਹੁਣ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਕੀਤਾ ਕੀ ਆ, ਫੋਨ ਦੇਖ ਲਓ ਆਪਣਾ ਆਪੇ ਪਤਾ ਲੱਗ ਜਾਊ ਕੀ ਕੀਤਾ ਆ ਤੁਸੀਂ। ਕਾਲਾ, ਹਾਂਜੀ ਉਹੀ ਦੇਖ ਕੇ ਹੀ ਤਾਂ ਤੁਹਾਨੂੰ ਜਦ ਹੀ ਮੈਂ ਕਾਲ ਕੀਤੀ ਆ। ਹਰਲੀਨ, ਅਤੇ ਫਿਰ ਫੋਨ ਕਿਉਂ ਬੰਦ ਕੀਤਾ ਹੋਇਆ ਆਪਣਾ ਰਾਤ ਦਾ? ਮੈਂ ਪਾਗਲ ਹਾਂ ਜੋ ਹੁਣ ਤੱਕ ਵੇਟ ਕਰ ਰਹੀ ਸੀ ਤੁਹਾਡੇ ਫੋਨ ਦਾ, ਮੈਂ ਪਤਾ ਕਿੰਨੀ ਪਰੇਸ਼ਾਨ ਹਾਂ ਕੱਲ੍ਹ ਦੀ ਰਾਤੀ, ਤੇਰੀਆਂ ਸੋਚਾਂ ਵਿੱਚ ਤਾਂ ਮੈਨੂੰ ਨੀਂਦ ਵੀ ਨਹੀਂ ਆਈ, ਪਤਾ ਵੀ ਆ। ਕਾਲਾ, ਸੋਰੀ ਜੀ, ਸ਼ਾਇਦ ਕੱਲ੍ਹ ਥਕਾਵਟ ਜਿਹੀ ਕਰਕੇ ਨੀਂਦ ਆ ਗਈ ਸੀ। ਕੱਲ੍ਹ ਰਾਤੀ ਜਦ ਭਾਬੀ ਨੇ ਆਪਣਾ ਵਿਆਹ ਦੀ ਤਾਰੀਖ ਬੰਦ ਦੇਣ ਦੀ ਗੱਲ ਸੁਣਾਈ ਨਾ, ਮੇਰੀ ਤਾਂ ਖੁਸ਼ੀ ਦੀ ਮਾਰੀ ਉਦੋਂ ਦੇ ਪੈਰ ਹੀ ਨਹੀਂ ਧਰਤੀ 'ਤੇ ਲੱਗ ਰਹੇ। ਇਸੇ ਖੁਸ਼ੀ 'ਚ ਮੈਂ ਤਾਂ ਫੋਨ ਵੀ ਚਾਰਜ ਕਰਨਾ ਵੀ ਭੁੱਲ ਗਿਆ। ਲੈ ਸੁਣੇ, ਹੁਣ ਵੀ ਮਾਫ਼ ਕਰ ਦਿਉ, ਅੱਗੇ ਤੂੰ ਅਜਿਹੀ ਗਲਤੀ ਨਹੀਂ ਕਰਦਾ। ਮੈਨੂੰ ਕੀ ਪਤਾ ਸੀ ਮੇਰਾ ਫੋਨ ਵੀ ਬੰਦ ਹੋ ਜਾਣਾ ਆ ਅਤੇ ਤੁਸੀਂ ਇਸ ਕਾਰਨ ਤੁਸੀਂ ਇੰਨਾ ਦੁਖੀ ਹੋ ਜਾਣਾ ਆ। ਹਰਲੀਨ, ਕੀ ਭਾਬੀ ਨੇ ਤੁਹਾਨੂੰ ਸਭ ਕੁਝ ਦੱਸ ਦਿੱਤਾ? ਮੈਂ ਉਹਨਾਂ ਨੂੰ ਕਿਹਾ ਵੀ ਸੀ ਮੈਂ ਦੱਸਣਾ ਆ ਤੁਹਾਨੂੰ, ਮੈਨੂੰ ਪਤਾ ਕਿੰਨਾ ਚਾਅ ਸੀ ਰਾਤੀ ਤੁਹਾਨੂੰ ਇਹ ਦੱਸਣੇ ਦਾ ਆਪਣਾ ਵਿਆਹ ਦੀ ਤਰੀਕ ਬਾਰੇ, ਅਤੇ ਤੁਸੀਂ ਵੀ ਸੁਣ ਲਓ ਅੱਗੇ ਤੋਂ ਮੇਰੇ ਨਾਲ ਇੱਦਾਂ ਨਹੀਂ ਕਰਨਾ। ਮੈਂ ਜਦ ਵੀ ਫੋਨ ਕਰਾਂ ਗੱਲ ਕਰਨੀ ਆ ਮੇਰੇ ਨਾਲ, ਚਾਹੇ ਥੋੜ੍ਹੀ ਹੀ ਕਰੋ, ਪਤਾ ਰਾਤੀ ਮੇਰੇ ਦਿਲ 'ਚ ਕੈਸੇ ਕੈਸੇ ਖਿਆਲ ਆ ਰਹੇ ਸੀ। ਕਾਲਾ, ਚਲੋ ਮਾਫ਼ ਕਰ ਦਿਓ ਜੀ, ਕੰਨ ਫੜਦਾ ਹਾਂ, ਅੱਗੇ ਤੋਂ ਇੱਦਾਂ ਨਹੀਂ ਹੁੰਦਾ। ਹਰਲੀਨ, ਨਹੀਂ ਪਲੀਜ਼ ਤੁਸੀਂ ਕੰਨ ਨਾ ਫੜੋ, ਤੁਸੀਂ ਆਪਣੀ ਗਲਤੀ ਮੰਨ ਲਈ, ਮੇਰੇ ਲਈ ਇੰਨਾ ਹੀ ਬਹੁਤ ਹੈ, ਤੁਹਾਡੇ ਲਈ ਮੇਰੇ ਦਿਲ 'ਚ ਕਿੰਨੀ ਇੱਜ਼ਤ ਆ ਪਤਾ, ਅੱਗੇ ਤੋਂ ਇੱਦਾਂ ਕੰਨ ਫੜ ਕੇ ਮੈਨੂੰ ਸ਼ਰਮਿੰਦਾ ਨਾ ਕਰਿਓ। ਕਾਲਾ, ਠੀਕ ਆ ਜੀ। ਹਰਲੀਨ, ਅੱਛਾ ਦੇਖਿਓ ਫਿਰ ਤੁਸੀਂ, ਮੈਂ ਤੁਹਾਡੀ ਪ੍ਰੋਬਲਮ ਵੀ ਸੁਲਝਾ ਦਿੱਤੀ। ਕਾਲਾ, ਕਿਹੜੀ ਪ੍ਰੋਬਲਮ? ਹਰਲੀਨ, ਆਹੀ ਤੁਹਾਨੂੰ ਟੈਸਟ ਦੀ ਤਿਆਰੀ ਕਰਵਾਉਣ ਵਾਲੀ। ਕਾਲਾ, ਉਹ ਕਿਵੇਂ? ਹਰਲੀਨ, ਕੁਝ ਦਿਨ ਪਹਿਲਾਂ ਜਦ ਮੰਮੀ ਪਾਪਾ ਵਿਆਹ ਦੀ ਤਾਰੀਖ ਫਾਈਨਲ ਕਰਨ ਦੀ ਗੱਲਬਾਤ ਕਰ ਰਹੇ ਸਨ ਤਾਂ ਮੈਂ ਉਹਨਾਂ ਨਾਲ ਤੇਰੀ ਬੈਂਕ 'ਚ ਕਲਰਕ ਦੀ ਪੋਸਟ 'ਤੇ ਅਪਲਾਈ ਕਰਨ ਵਾਲੀ ਗੱਲ ਕੀਤੀ ਸੀ, ਅਤੇ ਮੈਂ ਇਹ ਵੀ ਕਿਹਾ ਸੀ ਮੈਂ ਹੀ ਉਸ ਨੂੰ ਤਿਆਰੀ ਕਰਵਾਉਣੀ ਆ। ਸੋ ਹੁਣ ਤੁਸੀਂ ਵਿਆਹ ਦੀ ਤਾਰੀਖ ਇਸ ਹਿਸਾਬ ਨਾਲ ਰੱਖਣਾ ਕਿ ਮੈਂ ਕੁਲਵੀਰ ਦੀ ਵਿਆਹ ਤੋਂ ਬਾਅਦ ਘਰ ਜਾ ਕੇ ਟੈਸਟ ਦੀ ਤਿਆਰੀ ਵੀ ਕਰਵਾ ਸਕਾਂ ਅਤੇ ਉਹਨਾਂ ਨੂੰ ਵੀ ਥੋੜ੍ਹਾ ਟਾਈਮ ਮਿਲ ਜਾਏ ਵਿਆਹ ਦੀਆਂ ਤਿਆਰੀਆਂ ਕਰਨ ਦਾ। ਕਾਲਾ, ਵਾਹ ਜੀ, ਇੰਨੀ ਦੂਰ ਤੱਕ ਦੀ ਸੋਚਦੇ ਹੋ ਤੁਸੀਂ। ਹਰਲੀਨ, ਕੀ ਕਰੀਏ ਜੀ, ਸੋਚਣਾ ਪੈਂਦਾ ਆ। ਕਾਲਾ, ਕਿ ਤੁਸੀਂ ਮੇਰਾ ਇੰਨਾ ਕਰਦੇ ਹੋ, ਮੈਂ ਤੁਹਾਡਾ ਇਹ ਦੇਣ ਕਿਵੇਂ ਦੇਵਾਂਗਾ? ਹਰਲੀਨ, ਕਿਉਂ? ਮੈਂ ਕਿਤੇ ਆਪਣੇ ਇਕੱਲੀ ਲਈ ਕਰ ਰਹੀ ਹਾਂ, ਇਹ ਸਭ ਜੋ ਵੀ ਮੈਂ ਕਰ ਰਹੀ ਹਾਂ ਸਾਡੀ ਦੋਨਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਕਰ ਰਹੀ ਹਾਂ। ਕਾਲਾ, ਅੱਛਾ ਠੀਕ ਆ, ਮੈਂ ਹੁਣ ਕੰਮ ਕਰ ਲਾਂ, ਸ਼ਾਮ ਨੂੰ ਗੱਲ ਕਰਦੀ ਹਾਂ। ਇੰਨਾ ਕਹਿ ਕੇ ਉਸਨੇ ਫੋਨ ਕਰ ਦਿੱਤਾ ਅਤੇ ਕਹੀ ਜਾ ਕੇ ਖੇਤ ਵੱਲ ਨੂੰ ਚੱਲ ਪਿਆ।
ਦੁਪਹਿਰ ਨੂੰ ਕਾਲਾ ਚੰਦ ਰੋਟੀ ਖਾਣ ਮੋਟਰ 'ਤੇ ਗਿਆ ਤਾਂ ਦੇਖਿਆ ਹਾਲੇ ਰੋਟੀ ਆਈ ਹੀ ਨਹੀਂ ਸੀ ਤਾਂ ਉਹ ਮੰਜੇ 'ਤੇ ਬੈਠ ਕੇ ਰੋਟੀ ਆਉਣ ਦਾ ਇੰਤਜ਼ਾਰ ਕਰਨ ਲੱਗਾ। ਫੋਨ ਚਾਰਜ ਤੋਂ ਲਾ ਕੇ ਜਦ ਦੇਖਿਆ ਤਾਂ ਉਸਦੇ ਹਰ ਨਾਮ ਵੀਰੇ ਦੀ ਮਿਸ ਕਾਲ ਆਈ ਹੋਈ ਸੀ। ਇਸ ਤੋਂ ਪਹਿਲਾਂ ਉਹ ਬੈਕ ਕਾਲ ਕਰਦਾ ਸ਼ਨੀ ਮਨੀ ਉਸਨੂੰ ਮੋਟਰ ਵੱਲੋਂ ਭੱਜੇ ਆਉਂਦੀ ਨਜ਼ਰ ਆਈ। ਕਾਲੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਉਹ ਕਹਿਣ ਲੱਗੇ, ਚਾਚਾ ਜੀ ਬਾਪੂ ਬੁਲਾ ਰਿਹਾ ਆ ਘਰ, ਅਤੇ ਸ਼ਹਿਰ ਵਾਲਾ ਚਾਚਾ ਵੀ ਆਇਆ ਹੋਇਆ ਆ। ਉਹ ਫਿਰ ਉੱਠ ਕੇ ਉਹਨਾਂ ਨਾਲ ਚੱਲ ਪਿਆ। ਜਦੋਂ ਉਹ ਘਰ ਪਹੁੰਚਿਆ ਤਾਂ ਗੁਰਨਾਮ ਅਤੇ ਦਰਸ਼ਨ ਤਾਇਆ ਘਰ ਆਈ ਬੈਠੇ ਸੀ। ਤਾਈ ਦੇ ਪੈਰੀ ਹੱਥ ਲਾ ਕੇ ਗੁਰਨਾਮ ਵੀਰੇ ਨੂੰ ਮਿਲ ਕੇ ਉਹਨਾਂ ਕੋਲ ਬੈਠ ਗਿਆ। ਕਾਲਾ, ਹਾਂਜੀ ਵੀਰੇ, ਕੰਮ ਸੀ ਕੋਈ? ਹਰਨਾਮ, ਬਸ ਆਹੀ ਤੇਰੇ ਵਿਆਹ ਦੀਆਂ ਗੱਲਾਂ ਕਰ ਰਹੇ ਸੀ। ਕੀ ਕਰਨਾ, ਕਿੱਦਾਂ ਕਰਨੀ, ਆ ਜਾ ਬੈਠ ਇੱਥੇ। ਗੁਰਨਾਮ, ਹਾਂਜੀ ਵੀਰੇ, ਅਤੇ ਫਿਰ ਕੀ ਸੋਚਿਆ ਆ ਤੁਸੀਂ? ਹਰਨਾਮ, ਯਾਰ ਬਸ ਜ਼ਿਆਦਾ ਤਾਂ ਨਹੀਂ ਸੋਚਿਆ ਹਾਲੇ, ਇਹੀ ਕਿ ਘਰ ਪਹਿਲਾਂ ਗੁਰੂ ਮਹਾਰਾਜ ਦੀ ਫੇਰੀ ਪਾਵਾਂਗੇ ਅਤੇ ਫਿਰ ਸ਼ਰੀਕੇ ਬਰਾਦਰੀ ਚਾਹ ਨਾਲ ਪਕੌੜੇ ਅਤੇ ਰੋਟੀ ਦਾ ਕਰ ਦੇਵਾਂਗੇ, ਠੀਕ ਹੈ ਨਾ? ਤਾਇਆ ਜੀ, ਬਾਕੀ ਤੁਸੀਂ ਦੱਸੋ ਕਿਵੇਂ ਕਰੀਏ? ਤਾਇਆ, ਉਹ ਸਹੀ ਕਹਿ ਰਿਹਾ ਆ ਤੂੰ, ਜਿੰਨਾ ਕੁ ਆਪਣਾ ਸਰਦਾ ਪੁੱਛਦਾ ਆ ਓਨਾ ਕੁ ਕਰੋ। ਐਵੇਂ ਅੱਡੀਆਂ ਚੱਕ ਕੇ ਫਾਹਾ ਲੈਣ ਦਾ ਕੀ ਫਾਇਦਾ? ਜੱਗ ਵੀ ਜਿੱਤਿਆ ਆ ਅੱਜ ਤੱਕ ਕਿਸੇ ਨੇ, ਬਾਕੀ ਐਵੇਂ ਲੋਕ ਦਿਖਾਵਾ ਕਰਕੇ ਵੀ ਕੀ ਲੈਣਾ ਹੈ ਆਪਾਂ? ਇੰਨੇ ਨੂੰ ਚਾਰੋਂ ਚਾਹ ਫੜਾ ਗਈ ਹਰਨਾਮ ਸਭ ਨੂੰ ਚਾਹ ਫੜਾਉਂਦੇ ਹੋਏ। ਗੁਰਨਾਮ, ਤੂੰ ਵੀ ਬੋਲ ਕੁਛ, ਠੀਕ ਆ ਨਾ ਸਭ? ਗੁਰਨਾਮ, ਵੀਰੇ ਜਿਵੇਂ ਤੁਹਾਨੂੰ ਵੱਡਿਆਂ ਨੂੰ ਠੀਕ ਲੱਗੇ ਸਹੀ ਆ, ਮੈਂ ਤਾਂ ਤੁਹਾਡੇ ਨਾਲ ਹੀ ਹਾਂ, ਮੈਂ ਵੀ ਗੱਲ ਕਰਨੀ ਸੀ ਵੀਰੇ। ਹਰਨਾਮ, ਹਾਂ ਹਾਂ ਦੱਸ। ਗੁਰਨਾਮ ਬੈਗ 'ਚ ਨੋਟਾਂ ਦਾ ਬੰਡਲ ਕੱਢ ਕੇ ਹਰਨਾਮ ਦੇ ਹੱਥ 'ਤੇ ਰੱਖ ਦਿਆ, ਕਹਿਣ ਲੱਗਾ, ਵੀਰੇ ਆ ਮੈਂ ਕੁਝ ਪੈਸੇ ਲੈ ਕੇ ਆਇਆ ਸੀ, ਸ਼ਗਨ ਵਿਹਾਰ ਦਾ ਕੰਮ ਆ ਕਰ, 100 ਚੀਜ਼ਾਂ ਦੀ ਲੋੜ ਹੁੰਦੀ ਆ, ਕੋਈ ਪਤਾ ਨਹੀਂ ਕਦ ਲੋੜ ਪੈ ਜਾਏ ਪੈਸੇ ਦੀ, ਅਤੇ ਤੁਹਾਡੀ ਆਪਣੀ ਵੀ ਕਬੀਲਦਾਰੀ ਆ ਸਿਰ 'ਤੇ, ਘਰ ਦੇ ਖਰਚੇ, ਬੱਚਿਆਂ ਦੀ ਪੜ੍ਹਾਈ, ਹੋਰ 100 ਖਰਚੇ ਹੁੰਦੇ ਨੇ, ਅਤੇ ਪਿਛਲੇ ਕੁਝ ਸਾਲਾਂ ਤੋਂ ਫਸਲ ਵੀ ਤਾਂ ਚੰਗੀ ਨਹੀਂ ਹੋ ਰਹੀ। ਮੈਨੂੰ ਪਤਾ ਤੁਸੀਂ ਮੰਨਣਾ ਤਾਂ ਹੈ ਨਹੀਂ, ਪਰ ਮੈਂ ਅਤੇ ਕਿਰਨ ਨੇ ਸਲਾਹ ਕੀਤੀ ਆ ਕਿ ਕਾਲੇ ਦੇ ਵਿਆਹ ਦਾ ਸਾਰਾ ਖਰਚਾ ਅਸੀਂ ਕਰਾਂਗੇ ਅਤੇ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ, ਮੈਂ ਸਭ ਕੁਝ ਸਾਂਭ ਲਵਾਂਗਾ। ਅੱਜ ਤੱਕ ਕੀ ਕੁਝ ਨਹੀਂ ਕੀਤਾ ਆ ਤੁਸੀਂ ਸਾਡੇ ਲਈ, ਮੈਂ ਸਭ ਜਾਣਦਾ ਹਾਂ, ਪਰ ਪਲੀਜ਼ ਅੱਜ ਮੈਨੂੰ ਮਨ੍ਹਾ ਨਾ ਕਰਿਓ। ਇਸ ਤੋਂ ਪਹਿਲਾਂ ਹਰਨਾਮ ਕੁਝ ਕਹਿੰਦਾ ਤਾਇਆ ਕਹਿਣ ਲੱਗਾ, ਤਾਇਆ ਹਰਨਾਮ ਬਿਲਕੁਲ ਠੀਕ ਕਹਿੰਦਾ ਹੈ। ਗੁਰਨਾਮ ਦੇਖ ਕਿੰਨੇ ਮਾਣ ਨਾਲ ਕਹਿ ਰਿਹਾ ਹੈ ਤੇਰਾ ਭਰਾ, ਉਸਦਾ ਮਾਣ ਰੱਖ ਲਾ ਆਪਣੇ ਛੋਟੇ ਭਾਈ ਦਾ। ਹਰਨਾਮ ਪੈਸੇ ਫੜਦੇ ਹੋਏ ਖੜ੍ਹੇ ਹੋ ਕੇ ਉਸਨੂੰ ਗੱਲ ਨਾਲ ਲਗਾ ਲਿਆ ਅਤੇ ਕਹਿਣ ਲੱਗਾ, ਦੇਖ ਲਾ ਅਜੇ ਕੱਲ੍ਹ ਦੀ ਤਾਂ ਗੱਲ ਆ, ਤੂੰ ਕਾਲਜ ਜਾਣ ਲੱਗੇ ਚੁੱਪ ਕਰਕੇ ਮੇਰੇ ਕੋਲ ਆ ਕੇ ਖੜ੍ਹ ਜਾਂਦਾ ਸੀ ਅਤੇ ਡਰਦਾ ਪੈਸੇ ਵੀ ਨਹੀਂ ਮੰਗਦਾ ਹੁੰਦਾ ਸੀ, ਜਿੰਨੇ ਮੈਂ ਪੈਸੇ ਦੇਣੇ ਚੁੱਪ ਕਰਕੇ ਲੈ ਕੇ ਤੁਰ ਜਾਂਦਾ ਸੀ। ਅੱਜ ਮੇਰਾ ਉਹੀ ਛੋਟਾ ਭਰਾ ਸੱਚੀ ਕਿੰਨਾ ਵੱਡਾ ਹੋ ਗਿਆ ਹੈ, ਇਸ ਗੱਲ ਦਾ ਅਹਿਸਾਸ ਹੀ ਮੈਨੂੰ ਅੱਜ ਹੋਇਆ ਹੈ। ਜਿਉਂਦਾ ਵਾਸਤਾ ਰਹਿ ਵੀਰ, ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਬਖਸ਼ੇ, ਮਿਹਨਤਾਂ ਨੂੰ ਰੰਗ ਭਾਗ ਲਾਵੇ, ਹਰਨਾਮ ਨੇ ਅੱਖਾਂ ਸਾਫ਼ ਕਰਦੇ ਹੋਏ ਕਿਹਾ। ਸਲਾਹ ਵਿਚਾਰ ਕਰਦਿਆਂ ਉਹਨਾਂ ਨੂੰ ਸ਼ਾਮਾਂ ਪੈ ਗਈਆਂ। ਫਿਰ ਗੁਰਨਾਮ ਨੇ ਉਹਨਾਂ ਤੋਂ ਜਾਣ ਦੀ ਇਜਾਜ਼ਤ ਲਈ ਅਤੇ ਕਿਹਾ, ਕੁਝ ਹੀ ਦਿਨਾਂ ਤੱਕ ਉਹ ਦੋਵੇਂ ਪਿੰਡ ਹੀ ਆ ਰਹੇ ਹਨ ਅਤੇ ਵੀਰੇ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਜ਼ਰੂਰ ਦੱਸਣਾ। ਇੰਨਾ ਆਖ ਉਹ ਕਾਲੀ ਨੂੰ ਨਾਲ ਲੈ ਕੇ ਬਾਹਰ ਵੱਲ ਨੂੰ ਚੱਲ ਪਿਆ ਅਤੇ ਕਾਲੀ ਨੂੰ ਵਿਆਹ 'ਚ ਦੇਣ ਲੈਣ ਦੇ ਸੂਟ ਵਗੈਰਾ ਵਾਲੀ ਪੰਡ ਚੁਕਾ ਕੇ ਆਪ ਸ਼ਹਿਰ ਵੱਲ ਨੂੰ ਚਲਾ ਗਿਆ। ਕਾਲੇ ਨੇ ਕੱਪੜਿਆਂ ਵਾਲੀ ਪੰਡ ਲਿਆ ਕੇ ਵਿਹੜੇ 'ਚ ਚਾਹੇ ਮੰਜੇ 'ਤੇ ਰੱਖੀ ਅਤੇ ਚਰਨੋ ਭਾਬੀ ਨੂੰ ਕੱਪੜੇ ਦੇਖ ਲੈਣ ਦਾ ਕਹਿ ਕੇ ਆਪ ਥੋੜ੍ਹੀ ਬਹੁਤ ਰੋਟੀ ਖਾ ਕੇ ਡੰਗਰਾਂ ਵੱਲ ਗੇੜਾ ਮਾਰਨ ਚੱਲ ਪਿਆ। ਜਦ ਤਾਇਆ ਵੀ ਉੱਠ ਕੇ ਆਪਣੇ ਘਰ ਨੂੰ ਤੁਰ ਪਿਆ ਅਤੇ ਹਰਨਾਮ ਚਰਨੋ ਕੋਲ ਆਇਆ ਅਤੇ ਕਹਿਣ ਲੱਗਾ, ਚਰਨੋ ਇੱਕ ਕੰਮ ਕਰੀ, ਆ ਪੈਸੇ ਸਾਂਭ ਕੇ ਅੰਦਰ ਰੱਖ ਦੇ ਅਤੇ ਵਿੱਚੋਂ ਕੁਝ ਪੈਸੇ ਕੱਢ ਕੇ ਆਪਣੀ ਗੀਜੀ 'ਚ ਰੱਖਦਾ ਹੋਇਆ ਕਹਿਣ ਲੱਗਾ।
ਇੰਨੇ ਸੂਟ ਹੁਣ ਕੌਣ ਦੇ ਗਿਆ? ਚਰਨੋ, ਹੋਰ ਕੌਣ, ਤੁਹਾਡਾ ਭਰਾ ਗੁਰਨਾਮ ਹੀ ਦੇ ਕੇ ਗਿਆ ਆ। ਹਰਨਾਮ, ਲਹਿ ਦਾ ਸਕੰਬਲਾ ਨਾ ਹੋਵੇ ਤਾਂ ਇੰਨੇ ਪੈਸੇ ਵੀ ਦੇ ਗਿਆ ਅਤੇ ਉੱਪਰੋਂ ਆ ਸੂਟ ਦੇ ਗਿਆ ਅਤੇ ਮੈਨੂੰ ਬਿਨਾਂ ਦੱਸੇ ਹੀ ਚੁੱਪ ਚਪੀਤੇ ਅੰਦਰ ਵੀ ਰਖਵਾ ਗਿਆ। ਚਰਨੋ, ਸੂਟ ਦੇਖ ਮਨ ਹੀ ਮਨ ਖੁਸ਼ ਹੁੰਦੀ ਹੋਈ, ਚਲੋ ਚੰਗਾ ਹੀ ਹੋਇਆ ਜੀ, ਜੇ ਦੇ ਗਿਆ ਤਾਂ ਕਿਹੜਾ ਕੋਈ ਮਾੜੀ ਗੱਲ ਹੋ ਗਈ ਆ, ਜੇ ਆਪਾਂ ਨੂੰ ਲੈਣੇ ਪੈਂਦੇ ਪਤਾ ਆਪਣਾ ਕਿੰਨਾ ਖਰਚਾ ਹੋ ਜਾਣਾ ਸੀ, ਨਾਲੇ ਤੁਸੀਂ ਸੂਟ ਵੀ ਤਾਂ ਦੇਖੋ ਸਭ ਇੱਕ ਤੋਂ ਇੱਕ ਨੇ, ਮੈਨੂੰ ਤਾਂ ਕਾਫੀ ਮਹਿੰਗੇ ਲੱਗਦੇ ਨੇ, ਮੇਰਾ ਤਾਂ ਦਿਲ ਕਰਦਾ ਆ ਸਾਰੇ ਹੀ ਮੈਂ ਆਪਣੇ ਲਈ ਰੱਖ ਲਵਾਂ। ਹਰਨਾਮ, ਦੇਖ ਦੇਖ ਕੀ ਕਰਦੀ ਆ ਵੱਡੀ ਚਤਰੋ, ਨਾ ਤੈਨੂੰ ਨਾ ਕਦੇ ਰੱਜ ਆਇਆ ਸੂਟਾਂ ਨਾਲ, ਨਾ ਜਿਹੜੇ ਕੰਮ ਲਈ ਸੂਟ ਆਇਆ ਨਾ ਪਹਿਲਾਂ ਉਹ ਕੰਮ ਤਾਂ ਭੁਗਤਾ ਦੇਈਏ, ਫਿਰ ਜੇ ਕੋਈ ਰੱਖਣਾ ਹੋਇਆ ਤਾਂ ਰੱਖ ਲਈ, ਮੈਂ ਤੈਨੂੰ ਕਦ ਰੋਕਿਆ ਆ। ਚੱਲ ਸਾਂਭ ਹੁਣ ਦੋਨੇ ਚੀਜ਼ਾਂ, ਮੈਂ ਆਉਣਾ ਹਾਂ। ਇਹਨਾਂ ਆਖ ਗੁਰਨਾਮ ਵੀ ਘਰੋਂ ਬਾਹਰ ਨੂੰ ਚੱਲ ਪਿਆ। ਸਾਰੇ ਕੰਮ ਕਰਨ ਨਿਬੇੜ ਕੇ ਕਾਲਾ ਘਰ ਰਾਤ ਦੀ ਰੋਟੀ ਖਾਣ ਆਇਆ, ਆ ਕੇ ਹਰਨਾਮ ਕੋਲ ਬੈਠ ਗਿਆ। ਹਰਨਾਮ, ਚਰਨੋ ਰੋਟੀ ਪਾ ਕੇ ਲਿਆ ਕਾਲੀ ਲਈ ਵੀ। ਚਰਨੋ ਥਾਲ 'ਚ ਰੋਟੀ ਰੱਖ ਕੇ ਲੈ ਆਈ ਅਤੇ ਕਾਲੀ ਨੂੰ ਫੜਾ ਕੇ ਚਲੀ ਗਈ। ਹਰਨਾਮ, ਦੇਖ ਕਾਲੀ ਤੈਨੂੰ ਤਾਂ ਪਤਾ ਹੀ ਆ ਤੇਰਾ ਵਿਆਹ ਵੀ ਨੇੜੇ ਆ ਰਿਹਾ ਆ ਅਤੇ ਘਰ ਦੇ ਜਿੰਨੇ ਵੀ ਕੰਮ ਆ ਉਹ ਸਾਰੇ ਹੁਣ ਤੂੰ ਸਾਂਭਣੇ ਆ, ਬਾਹਰ ਦੇ ਖੇਤਾਂ ਦਾ ਸਾਰਾ ਕੰਮ ਮੈਂ ਆਪੇ ਸਾਂਭ ਲਵਾਂਗਾ। ਕਾਲਾ, ਹਾਂਜੀ ਵੀਰੇ, ਮੈਂ ਦੇਖ ਲਵਾਂਗਾ। ਹਰਨਾਮ, ਅਤੇ ਕੱਲ੍ਹ ਨੂੰ ਉਹ ਲਾਲਾ ਹੱਟੀ ਵਾਲਾ ਆਊ, ਵਿਆਹ ਦਾ ਰਾਸ਼ਨ ਵਗੈਰਾ ਦਾ ਸਮਾਨ ਲੈ ਕੇ ਉਹ ਉਤਾਰ ਕੇ ਧਿਆਨ ਨਾਲ ਅੰਦਰ ਰਖਵਾ ਲਏ, ਅਤੇ ਜੇ ਉਹ ਪੈਸਿਆਂ ਨੂੰ ਕਹੇ ਤਾਂ ਕਹਿਣਾ ਹਰਨਾਮ ਤੁਹਾਡੀ ਹੱਟੀ 'ਤੇ ਆ ਕੇ ਆਪੇ ਹਿਸਾਬ ਕਰ ਲਵੇਗਾ। ਕਾਲਾ, ਹਾਂਜੀ ਠੀਕ ਹੈ ਜੀ। ਫਿਰ ਕਾਲਾ ਰੋਟੀ ਖਾ ਕੇ ਜਦ ਆਪਣੇ ਘਰ ਨੂੰ ਜਾਣ ਲੱਗਾ ਤਾਂ ਹਰਨਾਮ ਨੇ ਉਸਨੂੰ ਆਵਾਜ਼ ਮਾਰ ਕੇ ਕੋਲ ਬੁਲਾਇਆ ਅਤੇ ਕਹਿਣ ਲੱਗਾ, ਓਏ ਕਾਲਿਆ, ਨਾ ਇੱਕ ਗੱਲ ਦੱਸ, ਤੇਰਾ ਕੰਮ ਨਾ ਇੱਧਰ ਬਣ ਕੇ ਹੁਣ ਤਾਂ ਤਿਆਰ ਵੀ ਹੋ ਗਿਆ, ਪਰ ਤੂੰ ਫਿਰ ਵੀ ਰੋਜ਼ ਹੀ ਸੌਣ ਲਈ ਉੱਧਰ ਨੂੰ ਤੁਰ ਪੈਂਦਾ ਆ, ਇੱਥੇ ਹੀ ਪੈ ਜਾਇਆ ਕਰ, ਇਹ ਵੀ ਤੇਰਾ ਆਪਣਾ ਹੀ ਘਰ ਹੈ। ਕਾਲਾ, ਵੀਰੇ ਮੈਨੂੰ ਪਤਾ ਹੈ ਕਿ ਇਹ ਮੇਰਾ ਘਰ ਹੈ, ਪਰ ਜਦ ਹਰਲੀਨ ਵਿਆਹ ਕੇ ਆਊਗੀ ਤਾਂ ਪਹਿਲਾਂ ਉਸਦੇ ਕਦਮ ਇਸ ਘਰ 'ਚ ਇਸ ਕਮਰੇ 'ਚ ਪੈਣਗੇ, ਫਿਰ ਬਾਅਦ 'ਚ ਮੇਰੀ। ਹਰਨਾਮ, ਵਾਓ ਏ ਛੋਟੇ, ਇੰਨਾ ਕੁਝ ਸੋਚਦਾ ਰਹਿੰਦਾ ਆ, ਚੱਲ ਤੇਰੀ ਮਰਜ਼ੀ ਆ। ਕਾਲਾ ਫਿਰ ਆਪਣੇ ਘਰ ਨੂੰ ਆ ਗਿਆ, ਆਣ ਕੇ ਮੰਜੇ 'ਤੇ ਬਿਸਤਰਾ ਕਰਕੇ ਪੈ ਗਿਆ ਅਤੇ ਫੋਨ ਚੱਕ ਕੇ ਹਰਲੀਨ ਨੂੰ ਮਿਲਾ ਲਿਆ। ਕਾਲਾ, ਹਾਂਜੀ ਕੀ ਕਰਦੀ ਆ ਮੇਰੀ ਸਰਦਾਰਨੀ? ਹਰਲੀਨ, ਤੁਹਾਡੀ ਸਰਦਾਰਨੀ ਲੱਗੀ ਹੈ ਕਿਚਨ 'ਚ ਦਾਲ ਨੂੰ ਤੜਕੇ ਲਾਉਣ। ਕਾਲਾ, ਅੱਛਾ ਜੀ, ਤਾਂ ਹੀ ਖੁਸ਼ਬੂ ਇੱਥੇ ਤੱਕ ਆ ਰਹੀ ਆ। ਹਰਲੀਨ, ਜੇ ਇੰਨੀ ਖੁਸ਼ਬੂ ਆ ਰਹੀ ਆ ਨਾ ਤਾਂ ਦੱਸੋ ਫਿਰ ਮੈਂ ਕੀ ਬਣਾ ਰਹੀ ਹਾਂ। ਕਾਲਾ, ਮਸਰਾਂ ਦੀ ਦਾਲ ਬਣੀ ਰਹੀ ਆ ਸ਼ਾਇਦ। ਹਰਲੀਨ, ਜੀ ਨਹੀਂ, ਹਰੀ ਮੂੰਗੀ ਬਣ ਰਹੀ ਆ। ਕਾਲਾ, ਲੈ ਪਹਿਲਾਂ ਇਹੀ ਕਹਿਣ ਲੱਗਾ ਸੀ ਸੱਚੀ। ਹਰਲੀਨ, ਆਹੋ ਹੁਣ ਤਾਂ ਇਹੀ ਕਹਿਣਾ ਹੀ ਆ, ਤੁਸੀਂ ਝੂਠਾ ਨਾ ਹੋਵੋ। ਕਾਲਾ, ਲੈ ਸੱਚੀ ਕਹਿ ਰਿਹਾ ਹਾਂ। ਹਰਲੀਨ, ਚਲੋ ਮੰਨ ਲੈਂਦੇ ਹਾਂ ਜੀ, ਹੁਣ ਖੁਸ਼ ਹੋ? ਕਾਲਾ, ਹਾਂਜੀ। ਹਰਲੀਨ, ਅੱਛਾ ਮੈਂ ਨਾ ਤੁਹਾਡੇ ਟੈਸਟ ਦੀ ਤਿਆਰੀ ਲਈ ਕੁਝ ਕਿਤਾਬਾਂ ਲਈਆਂ ਆ। ਕਾਲਾ, ਇਹ ਤਾਂ ਬਹੁਤ ਵਧੀਆ ਕੀਤਾ ਜੀ ਫਿਰ ਤੁਸੀਂ, ਮੈਂ ਨਾ ਤੁਹਾਨੂੰ ਕੁਝ ਸੈਂਡ ਕੀਤਾ ਸੀ, ਦੇਖਿਆ ਤੁਸੀਂ ਕਿ ਨਹੀਂ? ਹਰਲੀਨ, ਕੀ ਸੈਂਡ ਕੀਤਾ? ਮੈਂ ਦੇਖਿਆ ਹੀ ਨਹੀਂ, ਇੱਕ ਮਿੰਟ ਮੈਂ ਦੇਖਦੀ ਹਾਂ। ਹਰਲੀਨ, ਪਿਕ ਦੇਖਣ ਤੋਂ ਬਾਅਦ, ਆਹ ਕਿਸ ਦਾ ਕਮਰਾ ਹੈ? ਕਾਲਾ, ਆਪਣਾ, ਹੋਰ ਕਿਸ ਦਾ, ਕਿਵੇਂ ਲੱਗਿਆ ਫਿਰ? ਮੈਂ ਆਪ ਕੋਲ ਕਰਕੇ ਸਾਰਾ ਕੰਮ ਕਰਵਾਇਆ ਪਤਾ। ਹਰਲੀਨ, ਸੱਚੀ ਬਹੁਤ ਸੋਹਣਾ ਹੈ, ਤਾਂ ਮੈਂ ਆ ਕੇ ਆਪਣੇ ਹੱਥਾਂ ਨਾਲ ਆਪ ਸੋਹਣਾ ਜਿਹਾ ਇਸ ਨੂੰ ਸਜਾਉਂਗੀ। ਕਾਲਾ, ਹਾਂਜੀ। ਹਰਲੀਨ, ਪਰ ਪੇਂਟ ਵਗੈਰਾ ਕਿਉਂ ਨਹੀਂ ਕਰਵਾਇਆ ਹਲੇ ਤੱਕ? ਕਾਲਾ, ਉਹ ਮੈਨੂੰ ਸਮਝ ਨਹੀਂ ਆ ਰਿਹਾ ਕਿਹੜਾ ਰੰਗ ਵਧੀਆ ਲੱਗੂ, ਤਾਂ ਕਰਕੇ ਹਲੇ ਤੱਕ ਨਹੀਂ ਕਰਵਾਇਆ। ਹਰਲੀਨ, ਲੈ ਨਾ ਇਸ ਸਮਝ ਨਾ ਆਉਣ ਵਾਲੀ ਕਿਹੜੀ ਗੱਲ ਆ,
ਮੈਂ ਕੱਲ੍ਹ ਤੱਕ ਦੱਸ ਦਿੰਦੀ ਹਾਂ ਸੋਚ ਕੇ ਤੁਸੀਂ ਕਿਹੜਾ ਰੰਗ ਕਰਵਾਓ। ਕਾਲਾ। ਹਾਂਜੀ, ਹੋਰ ਫਿਰ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਸ਼ੁਰੂ? ਹਰਲੀਨ। ਹਾਂਜੀ, ਉਹ ਤਾਂ ਉਦੋਂ ਦੀਆਂ ਹੀ ਚੱਲ ਰਹੀਆਂ ਨੇ ਜਦੋਂ ਦਾ ਆਪਣਾ ਰਿਸ਼ਤਾ ਪੱਕਾ ਹੋਇਆ ਆ। ਕਾਲਾ। ਮਤਲਬ ਅਸੀਂ ਪਿੱਛੇ ਰਹਿ ਗਏ? ਕੋਈ ਗੱਲ ਨਹੀਂ, ਸਾਡੀ ਵੀ ਬਸ ਸ਼ੁਰੂ ਹੀ ਸਮਝੋ। ਹਰਲੀਨ। ਤੁਸੀਂ ਰੋਟੀ ਖਾ ਲਈ? ਕਾਲਾ। ਹਾਂਜੀ, ਕਦੋਂ ਦੀ? ਹਰਲੀਨ। ਇਕੱਲੇ ਹੀ? ਕਿੰਨੀ ਖਰਾਬ ਹੋ, ਮੈਨੂੰ ਪੁੱਛਿਆ ਵੀ ਨਹੀਂ। ਕਾਲਾ। ਉਹ ਤੀਰੀ, ਚੇਤਾ ਹੀ ਨਹੀਂ ਰਹੇ ਪੁੱਛਣ ਦਾ ਜੀ। ਚਲ ਕੱਲ੍ਹ ਤੋਂ ਪਹਿਲਾਂ ਪੁੱਛਿਆ ਕਰਾਂਗਾ ਤੁਹਾਨੂੰ, ਫਿਰ ਰੋਟੀ ਖਾਓ। ਹਰਲੀਨ। ਠੀਕ ਆ, ਕੋਈ ਗੱਲ ਨਹੀਂ, ਪਰ ਮੈਂ ਤੁਹਾਡੇ ਲਈ ਭੇਜ ਦਿੱਤੀ ਰੋਟੀ, ਖਾ ਲੈਣਾ ਯਾਦ ਨਾਲ। ਕਾਲਾ। ਕਿੱਥੇ ਆ? ਹਰਲੀਨ। ਆਪਣਾ ਵਟਸਐਪ ਚੈੱਕ ਕਰੋ। ਕਾਲਾ। ਵਾਹ, ਬੜੀ ਸਵਾਦ ਬਣੀ ਆਏ ਤਾਂ, ਪਰ ਮੈਂ ਤਾਂ ਤੁਹਾਡੇ ਹੱਥੋਂ ਹੀ ਖਾਣੀ ਆ ਰੋਟੀ। ਹਰਲੀਨ। ਕੋਈ ਗੱਲ ਨਹੀਂ ਸੁਣੇ, ਥੋੜ੍ਹੇ ਹੀ ਦਿਨਾਂ ਦੀ ਗੱਲ ਆ ਹੁਣ ਤਾਂ, ਫਿਰ ਤਾਂ ਮੈਂ ਰੋਜ਼ ਹੀ ਆਪਣੇ ਹੱਥਾਂ ਨਾਲ ਰੋਟੀਆਂ ਬਣਾ ਕੇ ਖਿਲਾਇਆ ਕਰਨੀ ਆਪਣੇ ਬੁੱਗੇ ਨੂੰ। ਚਲੋ ਹੁਣ ਮੈਂ ਮੰਮੀ ਪਾਪਾ ਨੂੰ ਰੋਟੀ ਫੜਾ ਦੇਵਾਂ ਅਤੇ ਮੈਂ ਵੀ ਖਾ ਲਵਾਂ, ਮੈਂ ਕੱਲ੍ਹ ਗੱਲ ਕਰਦੀ ਹਾਂ। ਖਾ ਲਾ। ਠੀਕ ਆ ਜੀ, ਬਾਏ, ਗੁੱਡ ਨਾਈਟ। ਅਗਲੇ ਦਿਨ ਹੱਟੀ ਵਾਲਾ ਲਾਲਾ ਸਵੇਰੇ ਹੀ ਵਿਆਹ ਦਾ ਸਾਰਾ ਸਮਾਨ ਲੈ ਕੇ ਘਰ ਆ ਗਿਆ ਅਤੇ ਕਾਲੀ ਨੇ ਸਾਰਾ ਸਮਾਨ ਗੱਡੀ 'ਚ ਉਤਰਵਾ ਕੇ ਅੰਦਰ ਰਖਵਾ ਦਿੱਤਾ। ਦੁਪਹਿਰ ਨੂੰ ਹਰਨਾਮ ਜਦ ਘਰ ਆਇਆ ਤਾਂ ਉਸ ਕਾਲੀ ਨੂੰ ਕੋਲ ਬੁਲਾਇਆ ਅਤੇ ਕਹਿਣ ਲੱਗਾ, ਕਾਲੀ ਇੱਕ ਕੰਮ ਕਰ, ਆਪਣਾ ਲੀੜੇ ਸਾਰੇ ਪੈਕ ਕਰ ਅਤੇ ਹੁਣੇ ਸ਼ਹਿਰ ਗੁਰਨਾਮ ਕੋਲ ਵਗ ਜਾ ਤੂੰ, ਹੁਣ ਕੁਝ ਦਿਨ ਉੱਥੇ ਹੀ ਰਹਿਣਾ ਆ, ਉਹਨਾਂ ਨੂੰ ਕੋਈ ਕੰਮ ਆ ਤੇਰੇ ਨਾਲ। ਚਰਨੋ। ਕਾਲੀ 'ਚ ਰਸੋਈ 'ਚੋਂ ਬਾਹਰ ਆਉਂਦੇ ਹੋਏ, ਨਾ ਜਿਗੀ ਹੀ ਚਲਾ ਗਿਆ, ਘਰ ਦੇ ਸਾਰੇ ਕੰਮ ਕੌਣ ਕਰੂ, ਡੰਗਰ ਵੱਛਾ ਕੌਣ ਸੰਭਾਲੇਗਾ। ਹਰਨਾਮ। ਨਾ ਤੇਰੇ ਕੀ ਹੱਥਾਂ ਪੈਰਾਂ ਨੂੰ ਮਹਿੰਦੀ ਲੱਗੀ ਹੋਈ ਆ, ਆਖੇ ਡੰਗਰ ਵੱਛਾ ਕੌਣ ਸੰਭਾਲੂ, ਜੇ 4 ਦਿਨ ਡੰਗਰਾਂ ਦਾ ਕੰਮ ਕਰ ਲੇਂਗੀ ਨਾ ਕਿਤੇ ਕੋਈ ਫਰਕ ਪੈਣ ਲੱਗਾ। ਚਰਨੋ। ਨਾ ਇਹਦਾ ਸ਼ਹਿਰ ਕੀ ਦੱਬਿਆ ਆ ਜੋ ਆਏ ਦਿਨ ਬੂਥਾ ਚੱਕ ਕੇ ਤੁਰ ਪੈਂਦਾ ਆ ਅਤੇ ਹੁਣ ਫਿਰ ਜਾ ਰਿਹਾ ਆ, ਉਹ ਵੀ ਇੰਨੇ ਦਿਨਾਂ ਲਈ। ਹਰਨਾਮ। ਬੈਂਕ 'ਚ ਕਲਰਕ ਦੀਆਂ ਨੌਕਰੀਆਂ ਨਿਕਲੀਆਂ, ਉਸਦੇ ਲਈ ਕਾਲੀ ਨੇ ਵੀ ਅਪਲਾਈ ਕੀਤਾ ਆ ਅਤੇ ਉਹ ਉਸਦੀ ਹੀ ਤਿਆਰੀ ਲਈ ਚੱਲਿਆ। ਚਰਨੋ। ਅੱਛਾ, ਨਾ ਇਸਨੇ ਤਿਆਰੀ ਕਰਕੇ ਕਿਹੜਾ DC ਲੱਗ ਜਾਣਾ ਆ, ਬਰੋੜਨੀਆਂ ਤਾਂ ਸਾਰੀ ਉਮਰ ਇਸਨੇ ਮੱਝਾਂ ਦੀਆਂ ਪੂੰਛਾਂ ਹੀ ਆ। ਹਰਨਾਮ। ਸਲੀ, ਤੇਰੀ ਇਸ ਪੁੱਠੀ ਜਵਾਨ 'ਚੋਂ ਕਦੇ ਕਿਸੇ ਲਈ ਕੋਈ ਚੰਗੀ ਗੱਲ ਨਾ ਨਿਕਲ ਜੇ, ਮੁੰਡੇ ਨੂੰ ਕੋਈ ਚੰਗੀ ਅਸੀਸ ਤਾਂ ਕੀ ਦੇਣੀ ਆ, ਉੱਤੋਂ ਬੇਸਵਾਦ ਦੀਆਂ ਗੱਲਾਂ ਕਰਨ ਬੈਠ ਜਾਓ ਸਲੀ ਕਾਲੀ ਜਵਾਨ ਵਾਲੀ, ਚੱਪਾ ਗਿਆ ਅੰਦਰ। ਚਰਨੋ। ਦੇਖਦੀ ਹਾਂ ਮੈਂ ਵੀ ਕਿਹੜੇ ਚੰਦ ਚੜ੍ਹ ਕੇ ਆਉਂਦਾ ਇਹ ਕਾਲੂ ਜਿਹਾ, ਬੁੜਬੁੜ ਕਰਦੀ ਅੰਦਰ ਚਲੇ ਗਈ। ਉਹ ਕਾਲੀ, ਤੂੰ ਜਾ ਸਮਾਨ ਪੈਕ ਕਰ ਜਲਦੀ ਨਾਲ, ਇਸਨੇ ਤਾਂ ਬੋਲੀ ਜਾਣਾ ਆ। ਕਾਲਾ ਬਿਨਾਂ ਕੋਈ ਸਵਾਲ ਜਵਾਬ ਕੀਤੇ ਘਰ ਆਇਆ ਅਤੇ ਬੈਗ ਪੈਕ ਕਰਕੇ ਜਾ ਕੇ ਸ਼ਹਿਰ ਵਾਲੀ ਬੱਸ ਬੈਠ ਗਿਆ। ਘਰ ਪਹੁੰਚ ਕੇ ਉਸਨੇ ਡੋਰ ਬੈਲ ਵਜਾਈ ਅਤੇ ਹਰਲੀਨ ਨੇ ਆ ਕੇ ਹੱਸਦੇ ਹੋਏ ਨੇ ਦਰਵਾਜ਼ਾ ਖੋਲ੍ਹਿਆ। ਹਰਲੀਨ। ਆ ਜਾਓ ਜੀ ਅੰਦਰ, ਤੁਹਾਡਾ ਹੀ ਇੰਤਜ਼ਾਰ ਸੀ। ਕਾਲਾ। ਅੰਦਰ ਆਉਂਦੇ ਹੋਏ, ਮੇਰਾ ਇੰਤਜ਼ਾਰ ਸੀ ਮਤਲਬ? ਹਰਲੀਨ ਉਸਦਾ ਹੱਥ ਫੜ ਕੇ ਅੰਦਰ ਲੈ ਗਈ। ਪਹਿਲਾਂ ਇੱਥੇ ਬੈਠੋ, ਉਸਨੂੰ ਸੋਫੇ 'ਤੇ ਬਿਠਾਉਂਦਿਆਂ ਕਿਹਾ। ਆ ਗਿਆ ਕਾਲੇ, ਕਿਚਨ ਦੇ ਅੰਦਰੋਂ ਕਿਰਨ ਭਾਬੀ ਬਾਹਰ ਆਉਂਦੀ ਹੋਈ ਬੋਲੀ ਅਤੇ ਆ ਕੇ ਉਸਦੇ ਕੋਲ ਬੈਠ ਗਈ। ਕਾਲਾ। ਹਾਂਜੀ ਭਾਬੀ, ਉਸਦੇ ਪੈਰੇ ਹੱਥ ਲਾਉਂਦਾ ਹੋਇਆ। ਭਾਬੀ, ਹੋਰ ਘਰ ਸਭ ਕਿੱਦਾਂ ਨੇ? ਕਾਲਾ। ਹਾਂਜੀ ਭਾਬੀ, ਸਭ ਠੀਕ ਨੇ। ਭਾਬੀ, ਚੱਲ ਹੁਣ ਇਹ ਦੱਸ, ਪਹਿਲਾਂ ਰੋਟੀ ਖਾਏਗਾ ਜਾਂ ਚਾਹ ਲੈ ਕੇ ਆਵਾਂ? ਕਾਲਾ। ਭਾਬੀ, ਰੋਟੀ ਹੀ ਲੈ ਆਓ, ਵੈਸੇ ਵੀ ਰੋਟੀ ਦਾ ਟਾਈਮ ਹੀ ਹੋ ਗਿਆ ਆ। ਭਾਬੀ, ਚੱਲ ਤੁਸੀਂ ਬੈਠ ਕੇ ਕਰੋ ਗੱਲਾਂ ਬਾਤਾਂ, ਮੈਂ ਹੁਣੇ ਲੈ ਕੇ ਆਈ, ਮੈਂ ਤਾਂ ਪਹਿਲਾਂ ਹੀ ਬਣਾ ਕੇ ਰੱਖ ਲਈ ਸੀ। ਭਾਬੀ ਦੇ ਜਾਂਦਿਆਂ ਹੀ ਕਾਲਾ ਹਰਲੀਨ ਨੂੰ ਕਹਿਣ ਲੱਗਾ, ਤੁਸੀਂ ਇੱਥੇ ਕੀ ਕਰ ਰਹੇ ਹੋ ਅਤੇ ਕਿਹੜਾ ਕੰਮ ਸੀ ਮੇਰੇ ਨਾਲ? ਹਰਲੀਨ। ਕਿਉਂ, ਮੈਂ ਆ ਨਹੀਂ ਸਕਦੀ ਹੁਣ? ਹੁਣ ਤਾਂ ਇਹ ਮੇਰਾ ਵੀ ਹੋਣ ਵਾਲਾ ਘਰ ਆ, ਜਦ ਦਿਲ ਕਰਿਆ ਕਰੂੰ ਹੁਣ ਤਾਂ ਮੈਂ
ਆ ਰਿਹਾ ਕਰੂੰਗੀ ਕਾਲਾ ਉਹ ਤਾਂ ਠੀਕ ਆ ਪਰ ਕੰਮ ਕੇ ਸੀ ਮੇਰੇ ਨਾਲ ਹਰਲੀਨ ਤਾਂ ਸੁਣੋ ਤੁਹਾਡੀ ਟੈਸਟ ਦੀ ਤਿਆਰੀ ਕਰਵਾਉਣ ਲਈ ਕਾਲਾ ਇੰਨੀ ਜਲਦੀ ਹਲੇ 2 ਦਿਨ ਨਹੀਂ ਹੋਏ ਫਾਰਮ ਭਰੇ ਨੂੰ ਹਰਲੀਨ ਸਰਦਾਰ ਜੀ ਅਗਲੇ ਨੇ ਟੈਸਟ ਦੀ ਤਰੀਕ ਵੀ ਅਨਾਊਂਸ ਕਰ ਦਿੱਤੀ ਆ ਅਤੇ ਤੁਸੀਂ ਕਹਿ ਰਹੇ ਹੋ ਇੰਨੀ ਜਲਦੀ ਉਸ ਨੂੰ ਆਪਣਾ ਫੋਨ ਦਿਖਾਉਂਦੇ ਹੋਏ ਦੇਖੋ ਆਪਣੇ ਵਿਆਹ ਤੋਂ 2 ਦਿਨ ਬਾਅਦ ਹੀ ਆ ਤੁਹਾਡਾ ਟੈਸਟ ਕਾਲਾ ਬੜੀ ਜਲਦੀ ਆ ਗਿਆ ਪਰ ਮੈਂ ਤਾਂ ਕੋਈ ਤਿਆਰੀ ਵੀ ਨਹੀਂ ਕੀਤੀ ਹਲੇ ਤਾਂ ਹਰਲੀਨ ਉਸੇ ਲਈ ਤਾਂ ਤੁਹਾਨੂੰ ਬੁਲਾਇਆ ਹੈ ਇੱਥੇ ਭਾਬੀ ਰੋਟੀ ਲਿਆ ਕੇ ਟੇਬਲ 'ਤੇ ਰੱਖਦੇ ਹੋਏ ਭਾਈ ਕੀ ਕਿੱਟ ਮਿੱਟ ਹੋ ਰਹੀ ਆ ਕੋਈ ਸਾਨੂੰ ਵੀ ਕੁਛ ਦੱਸ ਦਿਉ ਕਾਲਾ ਕੁਛ ਨਹੀਂ ਭਾਬੀ ਹਰਲੀਨ ਕਹਿ ਰਹੀ ਸੀ ਮੇਰਾ ਟੈਸਟ ਵਿਆਹ ਤੋਂ 2 ਦਿਨ ਬਾਅਦ ਆ ਭਾਬੀ ਅਤੇ ਸਹੀ ਹੀ ਤਾਂ ਕਹਿ ਰਹੀ ਆ ਤਾਂ ਹੀ ਤੈਨੂੰ ਇੱਥੇ ਬੁਲਾਇਆ ਆ ਵਿਆਹ ਤੱਕ ਹੁਣ ਤੂੰ ਸਾਡੇ ਕੋਲ ਹੀ ਰਹਿਣਾ ਆ ਹਰਲੀਨ ਘਰ ਆ ਕੇ ਰੋਜ਼ ਤੈਨੂੰ ਪੜ੍ਹਾਇਆ ਕਰੇਗੀ ਅਤੇ ਕਾਲੇ ਦੱਬ ਕੇ ਮਿਹਨਤ ਕਰੀ ਪਾਸ ਹੋ ਕੇ ਦਿਖਾਉਣਾ ਆ ਤੂੰ ਸਭ ਨੂੰ ਕਾਲਾ ਹਾਂਜੀ ਭਾਬੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਰੋਟੀ ਖਾਣ ਤੋਂ ਬਾਅਦ ਭਾਬੀ ਕਹਿਣ ਲੱਗੀ ਹਰਲੀਨ ਤੁਸੀਂ ਦੋਵੇਂ ਉੱਪਰ ਚਲੇ ਜਾਓ ਅਤੇ ਕਾਲੇ ਆਪਣਾ ਸਮਾਨ ਵੀ ਨਾਲ ਹੀ ਲੈ ਜਾ ਅੱਜ ਤੋਂ ਉਹ ਕਮਰਾ ਤੇਰਾ ਆ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਆਵਾਜ਼ ਮਾਰ ਲੈਣਾ ਉਹ ਦੋਵੇਂ ਫਿਰ ਉੱਪਰ ਨੂੰ ਚੱਲ ਪਏ ਅਤੇ ਜਾ ਕੇ ਰੂਮ 'ਚ ਬੈਠ ਗਏ ਕਾਲੇ ਨੂੰ ਇੱਦਾਂ ਪਿਆਰ ਨਾਲ ਆਪਣੇ ਵੱਲ ਦੇਖਦੀ ਹੋਈ ਹਰਲੀਨ ਕਹਿਣ ਲੱਗੀ ਦੇਖੋ ਐਸੀ ਵੈਸੀ ਕੋਈ ਹਰਕਤ ਨਹੀਂ ਕਰਨੀ ਸਮਝ ਕੇ ਮੈਂ ਸਭ ਜਾਣਦੀ ਹਾਂ ਕੀ ਚੱਲ ਰਿਹਾ ਤੁਹਾਡੇ ਦਿਮਾਗ ਪਹਿਲਾਂ ਜਿਹੜੇ ਕੰਮ ਆਏ ਹੋ ਉਹ ਕਰ ਲਈਏ ਅਤੇ ਕਿਤਾਬਾਂ ਉਸਦੇ ਹੱਥ 'ਤੇ ਰੱਖ ਦਿੱਤੀਆਂ ਕਾਲਾ ਕੀ ਸਭ ਜ਼ਰੂਰੀ ਆ ਹਰਲੀਨ ਹਾਂਜੀ ਬਹੁਤ ਜ਼ਿਆਦਾ ਹਰਲੀਨ ਨੇ ਬੁੱਕਸ ਖੋਲ੍ਹ ਕੇ ਉਸਨੂੰ ਸ਼ੁਰੂ ਤੋਂ ਆਰਾਮ ਨਾਲ ਸਭ ਕੁਛ ਪਹਿਲਾਂ ਸਮਝਾਉਣਾ ਸ਼ੁਰੂ ਕੀਤਾ ਕਿ ਕਿਵੇਂ ਟੈਸਟ ਹੁੰਦਾ ਕਿੱਦਾਂ ਉਸਨੂੰ ਸਹੀ ਤਰੀਕੇ ਨਾਲ ਪੂਰਾ ਕਰਨਾ ਆ ਇੱਕ ਇੱਕ ਨਿੱਕੀ ਨਿੱਕੀ ਚੀਜ਼ ਸਮਝਾਈ ਪਹਿਲਾਂ ਤਾਂ ਕਾਲੇ ਦੇ ਪੱਲੇ ਕੁਛ ਨਾ ਪਵੇ ਪਰ ਹਰਲੀਨ ਨੇ ਜੋ ਗੱਲ ਉਸਨੂੰ ਸਮਝ ਨਹੀਂ ਆਉਂਦੀ ਸੀ ਉਹ ਵਾਰ ਵਾਰ ਸਮਝਾ ਕੇ ਉਸਦੇ ਦਿਮਾਗ 'ਚ ਪਾਈ ਫਿਰ ਭਾਬੀ ਸ਼ਾਮ ਦੀ ਚਾਹ ਲੈ ਕੇ ਆ ਗਈ ਕਿਉਂ ਹਰਲੀਨ ਪੱਲੇ ਵੀ ਪੈ ਰਿਹਾ ਕੁਝ ਇਸ 'ਤੇ ਜਾਂ ਨਹੀਂ ਕਿ ਬਸ ਦਿਮਾਗ ਆਈ ਜਾ ਰਿਹਾ ਆ ਤੇਰਾ ਹਰਲੀਨ ਲੈ ਐਵੇਂ ਕਿਵੇਂ ਨਹੀਂ ਪੱਲੇ ਪਊ ਭਾਬੀ ਮੈਂ ਸਭ ਕੁਝ ਸਮਝਾ ਕੇ ਛੱਡੂੰ ਇਸਨੂੰ ਇੱਦਾਂ ਨਹੀਂ ਜਾਣ ਦਿੰਦੀ ਹੱਸਦੀ ਹੋਈ ਕਹਿਣ ਲੱਗੀ ਭਾਬੀ ਵੀ ਹੱਸਦੀ ਹੋਈ ਕਮਰੇ 'ਚ ਚਲੀ ਗਈ ਕਾਲੀ ਨੂੰ ਬਣਾਉਂਦੀ ਸ਼ਾਮ ਦੀ 6 ਕਦੋਂ ਵੱਜ ਗਏ ਹਰਲੀਨ ਨੂੰ ਪਤਾ ਹੀ ਨਾ ਲੱਗਾ ਉਹ ਤਾਂ ਜਦ ਭਾਬੀ ਕਮਰੇ 'ਚ ਆਈ ਇਹ ਦੱਸਣ ਕਿ ਹਨੇਰਾ ਹੋ ਰਿਹਾ ਆ ਬਾਹਰ ਜਾਣਾ ਨਹੀਂ ਤਾਂ ਉਸਨੂੰ ਪਤਾ ਲੱਗਾ ਕਿ ਇੰਨਾ ਟਾਈਮ ਹੋ ਚੁੱਕਾ ਆ ਹਰਲੀਨ ਠੀਕ ਆ ਫਿਰ ਕੁਲਵੀਰ ਮੈਂ ਹੁਣ ਚੱਲਦੀ ਹਾਂ ਅੱਜ ਮੈਂ ਜੋ ਸਮਝਾਇਆ ਪੱਲੇ ਪੈ ਗਿਆ ਨਾ ਬਸ ਰਾਤ ਨੂੰ ਇੱਕ ਵਾਰੀ ਫਿਰ ਦੁਬਾਰਾ ਧਿਆਨ ਨਾਲ ਪੜ੍ਹ ਲਈ ਉਸਨੂੰ ਫਿਰ ਵੀ ਜੇ ਕੁਛ ਨਾ ਸਮਝ ਆਈ ਤਾਂ ਮੈਨੂੰ ਫੋਨ ਕਰ ਲਈ ਠੀਕ ਆ ਫਿਰ ਉਹ ਦੋਨੋਂ ਥੱਲੇ ਆ ਗਏ ਤਾਂ ਹਾਲ 'ਚ ਗੁਰਨਾਮ ਬੈਠਾ ਚਾਹ ਪੀ ਰਿਹਾ ਸੀ ਦੋਨਾਂ ਨੇ ਆ ਕੇ ਗੁਰਨਾਮ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਗੁਰਨਾਮ ਨੇ ਵੀ ਸਤਿ ਸ਼੍ਰੀ ਅਕਾਲ ਆ ਕੇ ਜਵਾਬ ਦਿੱਤਾ ਅਤੇ ਉਹਨਾਂ ਨੂੰ ਬੈਠਣ ਨੂੰ ਕਿਹਾ ਗੁਰਨਾਮ ਹੋਰ ਫਿਰ ਕੁਲਵੀਰ ਸਿੰਘ ਕੀ ਹਾਲ ਨੇ ਤੇਰੀ ਪੜ੍ਹਾਈ ਕਿਵੇਂ ਚੱਲ ਰਹੀ ਆ ਕਾਲਾ ਹਾਂਜੀ ਵੀਰੇ ਵਧੀਆ ਚੱਲ ਰਹੀ ਆ ਗੁਰਨਾਮ ਹਰਲੀਨ ਪੱਲੇ ਵੀ ਪੈ ਰਿਹਾ ਇਸ 'ਤੇ ਕੁਝ ਕਿ ਨਹੀਂ ਅਤੇ ਜ਼ਿਆਦਾ ਤੰਗ ਤਾਂ ਨਹੀਂ ਕਰਦਾ ਹਰਲੀਨ ਨਹੀਂ ਵੀਰ ਜੀ ਠੀਕ ਆ ਸਭ ਹੌਲੀ ਹੌਲੀ ਸਭ ਸਮਝਣ ਲੱਗ ਜਾਣਾ ਆ ਇਹਨਾਂ ਨੇ ਹਲੇ ਤਾਂ ਸ਼ੁਰੂਆਤ ਆ ਬਾਕੀ ਤੰਗ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਆ ਸਕੂਲ 'ਚ ਵੀ ਤਾਂ ਬੱਚੇ ਤੰਗ ਕਰਦੇ ਧੰਨਵਾਦ ਜੀ ਬਾਕੀ ਕੱਲ੍ਹ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ।